ਲੱਗ ਪੈਣਾ। ਹੁਣ ਤਾਂ ਕੰਮ ਸਹਿ ਗਿਆ, ਹੁਣ ਤਾਂ ਮਿੰਟੋ ਮਿੰਟ ਹੀ ਕੰਮ ਨਿਬੜਦਾ ਜਾਂਦਾ। ਚਾਰ ਬਲਦ ਜੋੜਦੇ ਸੀ ਮੋਰੇ, ਚਾਰ ਹੀ ਹੁੰਦੇ ਸੀ। ਫਲਾ ਕਿੱਦਾਂ ਦਾ ਹੁੰਦਾ ਸੀ? ਹੁੰਦਾ ਵੀ ਫਲਾ ਤਾਂ ਤੁਹਾਨੂੰ ਨਹੀਂ ਪਤਾ, ਤੁਸੀਂ ਕਿਹੜਾ ਵੇਖਿਆ ਹੈ, ਤਾਂ ਹੀ ਤੈਨੂੰ ਪੁੱਛਦਾ। ਲੱਕੜ ਦਾ ਹੁੰਦਾ ਉੱਤੇ ਭਾਰ ਪਾ ਲੈਣਾ, ਉੱਤੇ ਸੁਹਾਗੇ ਜੇ ਵਾਂਗੂ ਸੁਹਾਗੇ ਵਾਂਗੂ ਸੁਹਾਗਾ ਸੁਹਾਗੇ ਵਾਂਗੂ ਹੁੰਦਾ ਸੀ। ਵਾਹਵਾ ਉਹ ਕਿੱਡਾ ਸਾਰਾ ਚਾਰ ਪਾ ਜੋੜ ਲੈਣੇ ਪਏ। ਉਹਨਾਂ ਨੂੰ ਤੁਰੇ ਜਾਣਾ ਹੈ ਜਿੱਦਾਂ ਖੂਹ ਜਾ ਉਹਦੇ ਗੋਲ ਗੋਲ, ਇੱਦਾਂ ਗੋਲ ਕੇ ਆਉਂਦਾ ਨਹੀਂ, ਜਿੱਦਾਂ ਖੂਹ ਜਿਹੇ ਦੇ ਅੱਗੇ ਦੁਆਲੇ ਹੁੰਦੇ ਸੀ ਗਿੜਦੇ, ਇੱਦਾਂ ਗੋਲ ਗਿੜਦੇ ਸੀਗੇ ਵਿਚਾਲੇ ਗੱਡੀ ਹੁੰਦੀ ਸੀ ਸ਼ਾਇਦ, ਉਦਾਂ ਹੀ ਘੁੰਮੇ ਜਾਣਾ ਖੁੱਲੇ ਥਾਂ ਤੇ, ਉਦਾਂ ਹੀ ਘੁੰਮੀ ਜਾਣਾ ਖੁੱਲੇ ਥਾਂ ਤੇ। ਤਾਂ ਵਿਚਾਲੇ ਫੇਰ ਉਹਨੂੰ ਜਦੋਂ ਬਣ ਗਈ ਆ, ਵੇਖਿਆ ਵੀ ਗਾਈ ਗਈ ਆ ਹੁਣ, ਉਹਨੂੰ ਢੇਰੀ ਲਾ ਦੇਣੀ ਤੇ ਫੇਰ ਉਹਦੇ ਢੇਰੀ ਦੇ ਆਲੇ ਦੁਆਲੇ ਫੇਰ ਖਿਲਾਰ ਕੇ ਫੇਰ ਜੋਗ ਵਿੱਚ ਫਲਾਂ ਵਿੱਚ ਕਰ ਦੇਣਾ ਤੇ ਉਹਨਾਂ ਨੂੰ ਚੁਗ ਲੈਣਾ ਤੇ ਮਤਲਬ ਉਹਨੂੰ ਉਡਾ ਲੈਣਾ, ਜਿਹੜੀ ਉੱਡ ਗਈ ਉਹ ਤੂੜੀ ਤੇ ਬਾਕੀ ਬਚ ਗਏ ਡਾਉਣਾ ਦੀ ਘੇਰੀ ਸਾਰੀ ਗਾਹ ਕੇ ਭਾਵੇਂ 10 ਕਿੱਲਿਆਂ ਦੀ ਭਾਵੇਂ 20 ਕਿੱਲਿਆਂ ਦੀ ਆ ਉਹਨਾਂ ਨੂੰ ਓਦਾਂ ਮਤਲਬ ਐਂ ਢੇਰੀ ਲਾਈ ਜਾਣੀ, ਢੇਰੀ ਲਾਈ ਜਾਣੀ ਸਾਂਝੇ ਮਾਲ ਦੀ ਵਿੱਚ ਹੀ, ਵਿੱਚੇ ਤੂੜੀ ਵਿੱਚੇ ਕਣਕ। ਹਾਂ ਰਲੀ ਦੀ ਕਿ ਜਦੋਂ ਹਵਾ ਵਾਵਾ ਵਗਣ ਲੱਗ ਗਈ ਜਦੋਂ ਸਾਰੀ ਗਾਈ ਗਈ ਆ ਤੇ ਫੇਰ ਬੰਦਿਆਂ ਨੇ ਤੰਗਲੀਆਂ ਫੜ ਲੈਣੀਆਂ, ਤੰਗਲੀਆਂ ਨਾਲ ਡਾਈ ਜਾਣੀ। ਨਹੀਂ ਤੇ ਜੇ ਕਿਤੇ ਮੀਂਹ ਮੂੰਹ ਆ ਜਾਂਦਾ ਉਹ ਫੇਰ ਮੀਂਹ ਆ ਜਾਂਦਾ ਸੀ, ਹੈਂ ਆ ਹੀ ਜਾਂਦਾ ਸੀ ਮੀਂਹ ਪਏ ਫੇਰ ਫੇਰ ਜਾਂਦੀ ਸੀ, ਫੇਰ ਕਿੱਦਾਂ ਚੱਲਦਾ ਸੀ ਕੰਮ ਮੀਂਹ, ਫੇਰ ਸੁਕਾ ਦੇਣੀ ਉਹਨੂੰ, ਖਿਲਾਰ ਦੇਣੀਆਂ ਢੇਰੀਆਂ ਜਿੱਥੇ ਖਿਲਾਰਨੀ ਕਣਕ ਫਲੇ ਪਾਉਣੇ ਉਹ ਸੁੱਕ ਜਾਂਦੀ ਹੁੰਦੀ ਸੀ, ਫੇਰ ਉਹਨਾਂ ਨੇ ਫੇਰ ਕਰ ਲੈਣਾ ਥਾਂ ਥੱਲੇ ਪੱਕਾ ਕਰਦੇ ਸੀ ਜਿੱਥੇ ਨਾ ਇਦਾਂ ਹੀ ਕੱਚਾ ਹੀ ਇਦਾਂ ਖੱਤੇ ਤੇ ਕੱਚੇ ਚ ਖੱਤੇ ਦੇ ਵਿੱਚ ਤਾਂ ਖਰਾਬ ਨਹੀਂ ਹੁੰਦੀ ਸੀ ਕਣਕ, ਨਾ ਨਹੀਂ ਹੁੰਦੀ ਸੀ। ਹਾਂ ਵੱਡਿਆ ਨਹੀਂ ਪਹਿਲਾਂ ਜਾਂ ਤਾਂ ਪਕਾਉਂਦੇ ਹੋਣਗੇ ਬਾਹਲਾ ਉਹਨੂੰ ਕੀ ਨਾ ਥਾਂ ਨੂੰ ਨਾ ਸਵਾਹ ਫੂਕ ਪਠਾਉਂਦੇ ਸੀ ਨਹੀਂ ਪਕਾਉਂਦੇ ਹੋਣਗੇ ਮੈਂ ਕਿਹਾ ਨਾ। ਹਾਂ ਇਦਾਂ ਹੀ ਜਦੋਂ ਕਣਕ ਵੱਢ ਕੇ ਰਾਲੇ ਦਾਲੇ ਢੇਰੀਆਂ ਲਾਈ ਜਾਣੀਆਂ ਲਿਆ ਲਿਆ ਕੇ ਖੱਤਿਆਂ ਚੋਂ ਤੇ ਵਿਚਾਲਿਆ ਵਿਹਲਾ ਰੱਖ ਲੈਣਾ ਉੱਥੇ ਖਿਲਾਰ ਕੇ, ਜਦੋਂ ਵੇਖਿਆ ਵੀ ਹੁਣ ਗਾਉਣੀ ਆ ਉਦੋਂ ਖਿਲਾਰ ਦੇਣੀ। ਵਾਹਵਾ ਖੁੱਲ੍ਹਾ ਥਾਂ ਛੱਡਦੇ ਹੁੰਦੇ ਸੀ ਵੀ ਇੱਥੇ ਵੀ ਢੇਰੀ ਵੀ ਲਾਉਣੀ ਆ ਗਾਉਣ ਲੱਗ ਜਾਣਾ ਤੇ ਹੁਣ ਤਾਂ ਕੰਮ ਸੌਖਾ ਹੀ ਜਾਣਾ। ਹੁਣ ਸੌਖਾ ਫੇਰ ਉਹਨੂੰ ਜਦੋਂ ਤੂੜੀ ਕੱਢ ਲਈ ਵਿੱਚੋਂ ਕਣਕ ਕੱਢ ਲਈ ਫੇਰ ਉੱਤੋਂ ਦੇ ਬਲਦਾਂ ਨੂੰ ਫੇਰ ਫੇਰਨਾ ਉੱਤੇ, ਅੱਛਾ ਜਿਹੜੇ ਛਿੱਟੇ ਰਹਿਣੇ ਰਹਿ ਜਾਣੇ ਉਹ ਫੇਰ। ਠੀਕ ਤੇ ਤੁਸੀਂ ਵੀ ਨਾਲ ਕਰਾਉਂਦੀਆਂ ਹੋਣੀਆਂ ਕੰਮ, ਬੁੜੀਆਂ ਵੀ ਕਰਾਉਂਦੀਆਂ ਹੁੰਦੀਆਂ ਸੀ ਨਾਲ ਤੇ ਬੰਦੇ ਬੰਦੇ ਕਰਦੇ, ਬੰਦੇ ਹੀ ਕਰਦੇ ਹੁੰਦੇ ਬੁੜੀਆਂ ਰੋਟੀ ਪਾਣੀ ਦਾ, ਰੋਟੀ ਪਾਣੀ ਦਾ ਵੀ ਨਹੀਂ ਮੁੱਕਦਾ ਹੋਣਾ ਨਾ ਇੰਨੇ ਬੰਦੇ ਆਉਂਦੇ ਹੋਣੇ, ਫੇਰ ਹੁਣ ਬੰਦਿਆਂ ਨੇ ਫਿਰ ਤੰਗਲੀਆਂ ਲੈ ਲੈਣੀਆਂ ਤੰਗਲੀਆਂ ਨਾਲ ਉਡਾਉਣੀ, ਨਾ ਹਵਾ ਆਈ ਤੇ ਬਸ ਫਿਰ ਵਿਹਲੇ ਬੈਠੇ ਰਹਿਣਾ, ਜੇ ਹਵਾ ਆ ਗਈ ਤੇ ਵਿਹਲੇ ਹੀ ਕਰਦੇ ਹੁੰਦੇ ਵਿਹਲੇ, ਫਿਰ ਹੋਰ ਕੋਈ ਕੰਮ ਗੱਪਾਂ ਗੱਪਾਂ ਰੇੜੀ ਜਾਣੀਆਂ, ਨਹੀਂ ਕਮਾਦ ਹੁੰਦੇ ਸੀ ਉਹ ਕਛਗੇ ਫੜ ਲੈਣੇ ਕਮਾਦ ਵੱਢਣ ਲੱਗ ਜਾਣਾ, ਨਰਮੇ ਬੀਜਣੇ ਹੁੰਦੇ ਸੀ ਮੇਰੇ ਵਰਗੇ ਹੁਣੇ ਕੋਈ ਕਪੌੜੀ ਵੀ ਵਿੱਚ ਕੋਈ ਹੈਗੇ ਸੀ ਭਾਲਦੇ ਭਾਲਦੇ ਹੁਣੇ ਜੇ ਕਿਤੇ ਬਹੀਏ ਛਾਵੇਂ ਛੁਵੇਂ ਹਨਾ, ਮੋਬਾਈਲ ਤਾਂ ਹੈ ਨਹੀਂ ਸੀ ਨਹੀਂ ਤਾਂ ਮੋਬਾਈਲ 'ਤੇ ਲੱਗੇ ਰਿਹਾ ਕਰਦਾ, ਮੋਬਾਈਲ ਸਵਾਦ ਨਹੀਂ ਤਾਂ ਮੋਬਾਈਲ ਦੇ ਅੱਗੇ ਰਿਹਾ ਕਰਨਾ ਸੀ ਮੇਰੇ ਵਰਗੇ ਨੇ ਠੁੰਗੇ ਜਿਹੇ ਮਾਰਨ ਜਿੱਦਾਂ ਤੂੰ ਕਹਿੰਦੀ ਹੈ ਖੁਰਾਕਾਂ ਮਾੜੀਆਂ ਹੁਣ ਭਾਰ ਕੀ ਚੱਕਣਾ ਖਾਦ ਵਾਲੀ ਕਣਕ ਹੁਣ ਤਾਂ ਕਹਿ ਦਿੰਦੇ ਸਾਥੋਂ ਆਹ ਨੀ ਚੁੱਕ ਹੁੰਦਾ ਉਹ ਨੀ ਚੁੱਕ ਹੁੰਦਾ ਐਡੀਆਂ ਪੰਡਾਂ ਉਹ ਚੁੱਕਦੇ ਹੁੰਦੇ ਸੀ ਅੱਗੇ, ਜਾਨ ਹੋਊਗੀ ਫਿਰ ਜ਼ਿਆਦਾ ਉਹਨਾਂ 'ਚ ਖੁਰਾਕ ਵੀ ਚੰਗੀ ਸੀ, ਖੁਰਾਕ ਦਾ ਹੀ ਫਰਕ ਹੋਊਗਾ ਕਿ ਨਹੀਂ, ਖੁਰਾਕ ਦਾ ਵੀ ਫਰਕ ਹੋਊ, ਦੂਸਰਾ ਸ਼ੱਕਰ ਘਿਓ ਖਾਣਾ ਛੰਨਾ ਜਿਹੜੇ ਛੰਨੇ ਹੁੰਦੇ ਸੀ ਆਂਦੇ ਉਹ ਘਿਓ ਦਾ ਭਰ ਭਰ ਕੇ ਪੀ ਲੈਣਾ ਤੇ ਬੰਦਿਆਂ ਨੇ ਫਿਰ ਸਾਰੀ ਦਿਹਾੜੀ ਫਿਰ ਦਾਤੀ ਹੱਥ 'ਚ ਫੜ ਲੈਣੀ, ਹੁਣ ਹੁਣ ਰੋਟੀ ਖਾ ਕੇ ਤਾਂ ਮੰਜੇ ਉੱਤੇ ਤੇ ਉੱਦਾਂ ਉੱਦਾਂ ਦੀ ਪਚਣੀ, ਆਹੋ ਇਹ ਤਾਂ ਹੈ ਹੀ ਆ ਕੰਮ ਵੀ ਹੈ ਨਹੀਂ ਖੁਰਾਕ ਵੀ ਮਾੜੀ ਹੈ ਨਾ, ਖੁਰਾਕ ਵੀ ਨਹੀਂ ਖਾਂਦੇ ਗਏ ਚੰਗੀ ਤੇ ਕੰਮ ਵੀ ਘੱਟ ਕਰਦੇ, ਹੁਣ ਚਾਹ ਵੀ ਨਹੀਂ ਸੀ ਹੁੰਦੀ ਵੀ ਚਾਹ ਸੀ ਵੀ ਚਾਹ ਲਵੇ, ਹਾਂ ਕੀ ਪੀਂਦੇ ਸੀ ਦੁੱਧ ਦੁੱਧ ਤੇ ਸਵੇਰੇ ਵੀ ਸਵੇਰ ਨੂੰ ਸ਼ੱਕਰ ਲੱਸੀ ਗੁੜ ਪੀ ਕੇ ਨਾਲ ਖਾ ਲੈਣਾ, ਦੁੱਧ ਪੀਂਦੇ ਦੁਪਹਿਰਾਂ ਨੂੰ ਚਾਹ ਦੀ ਥਾਂ ਤੇ, ਰਾਤ ਨੂੰ ਦੁੱਧ ਪੀਣਾ ਤੇ ਚਾਹ ਦੀ ਥਾਂ ਤੇ, ਚਾਹ ਚਾਹ ਨਹੀਂ
ਆਖੋ ਖਖੇੜ ਨੂੰ ਕੀ ਖਾਂਦੇ ਸੀ ਫੇ ਕੋਈ ਜਦੋਂ ਚਾਹ ਨਾ ਖਖੇੜਦੇ ਹੁਣ ਨਾ ਅੱਗੇ ਖੰਗੋ ਇਦਾਂ ਦੇ ਸੋਣੋ ਸੀ ਖਿੜੀਆਂ ਰਹਿੰਦੀਆਂ ਸੀ ਅੱਖਾਂ ਪੱਕੀਆਂ ਹੈ ਪੱਕੀਆਂ ਖਿੜੀਆਂ ਰਹਿੰਦੀਆਂ ਸੀ ਅੱਖਾਂ ਹੁਣ ਕਿੱਥੇ ਹੁਣ ਜੇ ਹੁਣ ਜੇ ਕੋਈ ਪ੍ਰਾਹੁਣਾ ਆ ਜਾਂਦਾ ਤੇ ਬਣਾਓ ਚਾਹ ਅੱਗੇ ਕੋਈ ਪ੍ਰਾਹੁਣਾ ਆ ਜਾਣਾ ਤੇ ਚਾਹ ਦਾ ਏਡੇ ਏਡੇ ਗਲਾਸ ਹੁੰਦੇ ਸੀ ਉਹ ਦੁੱਧ ਦਾ ਭਰ ਕੇ ਉਹਦੇ ਗਾੜੀ ਰੱਖ ਦੇਣਾ ਚਾਹ ਉਂਗਲੀ ਵਾਲਾ ਗਲਾਸ ਆ ਹੁੰਦਾ ਵੱਡੇ ਗਲਾਸ ਹੈਗੇ ਕਿ ਨਹੀਂ ਉਹ ਪਿੱਤਲ ਜੇ ਦੇ ਜਿਹੜੇ ਆਉਂਦੇ ਆਪਣੇ ਕਹਿੰਦੇ ਕਹਿੰਦੇ ਗਲਾਸ ਹੁੰਦੇ ਸੀ ਦੋ ਭਰ ਪਹਿਲਾਂ ਤਾਂ ਆਪਣੇ ਘਰੇ ਵੀ ਹੁੰਦੇ ਸੀ ਕਹਿੰਦੇ ਜੇ ਦੇ ਹਾਂ ਵੱਡੇ ਹਨ ਅਗਲੇ ਨੇ ਪੀ ਕੇ ਦਿੱਤਾ ਪ੍ਰਸ਼ਤੀ ਜੀ ਦੇ ਪਏ ਹੁੰਦੇ ਸੀ ਆਪਣੇ ਉਹ ਬੀਬੀ ਵਾਲੇ ਕਮਰੇ 'ਚ ਉਹ ਵੀ ਵੇਚ ਪੂਜ ਦਿੱਤੇ ਸਾਰੇ ਨਾ ਵੱਡੇ ਖਾ ਪੀ ਵੀ ਲੈਣਾ ਉਹ ਸਟੀਲ ਦੇ ਨਹੀਂ ਕਿ ਹੁਣ ਵੱਡੇ ਵੱਡੇ ਹੁਣ ਚਿੱਟੇ ਆ ਗਏ ਆ ਸਟੀਲ ਦੇ ਉਹ ਕਾਹਦੇ ਲਈ ਵੇਚ ਦਿੱਤੇ ਭਾਂਡੇ ਉਹ ਚੰਗੇ ਨਹੀਂ ਹੁੰਦੇ ਕਹਿੰਦੇ ਹੁਣ ਕਹੀ ਜਾਂਦੇ ਉਹ ਚੰਗੇ ਹੁੰਦੇ ਸੀ ਚੰਗੇ ਹੁੰਦੇ ਐਵੇਂ ਦੁਨੀਆਂ ਨੇ ਭੇਟ ਚਾਲ ਫੜੀ ਸੀ ਆ ਵੀ ਸਟੀਲ ਦੇ ਭਾਂਡੇ ਵਰਤਣੇ ਹੁਣ ਕਹੀ ਜਾਂਦੇ ਉਹ ਚੰਗੇ ਹੁੰਦੇ ਸੀ ਕਈ ਡਾਕਟਰ ਕਹਿੰਦੇ ਵੀ ਉਹ ਚੰਗੇ ਉਹੀ ਚੰਗੇ ਇਹਨਾਂ ਨਾਲ ਬਿਮਾਰੀਆਂ ਲੱਗਦੀਆਂ ਉਹਨਾਂ 'ਚ ਖਾਣਾ ਕਹਿੰਦੇ ਚੰਗਾ ਹੁੰਦਾ ਮੈਂ ਤਾਂ ਰੱਖਿਆ ਹੋਇਆ ਉੱਪਰ ਗਲਾਸ ਉਹ ਪਿੱਤਲ ਦਾ ਆਹੋ ਪਿੱਤਲ ਦੇ ਮਾੜੇ ਤੇ ਨਹੀਂ ਹੁੰਦੇ ਭਾਂਡੇ ਪਤਾ ਨਹੀਂ ਹੁਣ ਪਿੱਤਲ ਕਹਿਣਾ ਜਾਂ ਉਹਦੇ 'ਚ ਮੈਂ ਦੁੱਧ ਪਾ ਕੇ ਮੈਂ ਰਾਤ ਨੂੰ ਪੀਣਾ ਮੈਨੂੰ ਸਭ ਤੋਂ ਜ਼ਿਆਦਾ ਸਵਾਦ ਲੱਗਦਾ ਸਟੀਲ ਨਾਲ ਪਿੱਤਲ ਵਾ ਕਹਿਣਾ ਜਿਹੜਾ ਕੋਲਾ ਹੁੰਦਾ ਏਡਾ ਗਲਾਸ ਗਲਾਸ ਵਾ ਇੱਕ ਪਿੱਤਲ ਹੀ ਹੋਣਾ ਉਹਦੇ ਵਿੱਚ ਦੁੱਧ ਹੀ ਬੜਾ ਸਵਾਦ ਹੋ ਜਾਂਦਾ ਫਰਕ ਪੈ ਜਾਂਦਾ ਸਵਾਦ ਦਾ ਸਾਰੇ ਦਾ ਹੋਰ ਆ ਸਟੀਲ ਤਾਂ ਹੁਣ ਤੁਰ ਪਈ ਆ ਤੇ ਬਸ ਦੁਨੀਆਂ ਸਟੀਲ ਵੱਲ ਤੁਰ ਪਈ ਆ ਪੇੜ ਚਾਲੀ ਆ ਹਨਾ ਪੇੜ ਚਾਲੀ ਜਿੱਧਰ ਨੂੰ ਹੋ ਜਾਂਦੇ ਅੱਗੇ ਕਲੀ ਕਰਾਉਂਦੇ ਹੁੰਦੇ ਆਵੇ ਹੁਣ ਸਕੂਲੇ ਜਾਣ ਦਾ ਆਪੇ ਨਿਆਣੇ ਵੀ ਪੇੜ ਚਾਲੀ ਆ ਪ੍ਰਾਈਵੇਟ ਕਿ ਨਹੀਂ ਪੇੜ ਚਾਲੀ ਆ ਜਿਹੜੇ ਫੜ ਕੇ ਅਗਲੇ ਭਾਂਡੇ ਵੇਚ ਕੇ ਦਿੱਤੇ ਤੇ ਚੱਲ ਨਹੀਂ ਆ ਨਿਆਣੇ ਮੈਂ ਕਿਹਾ ਸਕੂਲੇ ਜਾਣ ਦਾ ਅੱਗੇ ਇਹ ਵੀ ਪੇੜ ਜਾ ਰਹੀ ਆ ਪੇੜ ਚਾਲੀ ਆ ਪ੍ਰਾਈਵੇਟ ਸਕੂਲਾਂ 'ਚ ਅੱਗੇ ਇੱਥੇ ਪੜ੍ਹਦੇ ਰਹੇ ਅਸੀਂ ਪੜ੍ਹਦੇ ਹੁੰਦੇ ਸਕੂਲੇ ਸਾਰੇ ਇੱਥੇ ਹੀ ਪੜ੍ਹੇ ਆ ਫਤਿਹਪੁਰ ਵਾਲੇ ਆ ਅੱਗੇ ਕੋਈ ਕੌਣ ਜਾਂਦਾ ਇੱਥੇ ਬੱਸਾਂ ਨਾ ਇੱਥੇ ਬੱਸ ਆਉਂਦੀ ਹੁੰਦੀ ਸੀ ਕੋਈ ਡੰਡੀਗੇ ਡੰਡੀਗੇ ਕੱਚੇ ਰਾਹ ਹੁੰਦੇ ਸੀ ਆਹੋ ਇੱਥੇ ਜਾਂਦੇ ਰਹੇ ਅਸੀਂ ਡਿੱਗ ਪੈਂਦੇ ਹੁੰਦੇ ਸੀ ਰਾਹ 'ਚ ਮੀਂਹ ਪੈਣਾ ਕਈ ਵਾਰ ਜਾਣ ਕੇ ਡਿੱਗ ਜਾਣਾ ਇਹਨੇ ਲੱਗਣਾ ਛੁੱਟੀ ਹੋ ਜੂ ਕਿ ਨਹੀਂ ਤੇ ਦਾਪਾ ਮੋਰੇ ਮੋਰੇ ਤੇ ਅਸੀਂ ਮਗਰ ਜਾਣਾ ਸਾਰਿਆਂ ਡੇਲਿਆਂ ਕੋ ਵੱਡਾ ਸੀ ਸਾਰਿਆਂ ਤੋਂ ਹੁਣ ਤਾਂ ਬੱਸਾਂ ਸਵੇਰੇ ਚੱਕ ਲੈਂਦੀਆਂ ਟਾਈਮ ਨਾਲ ਜਵਾਕਾਂ ਨੂੰ 7 ਵਜੇ ਜਾਈਦਾ ਵੀ 9 ਵਜੇ ਹੀ ਆਰਾਮ ਨਾਲ ਹਨਾ 7 ਵਜੇ ਚੱਕ ਲੈਂਦੇ ਹੁਣ ਸ਼ਾਮ ਨੂੰ ਕਿੰਨੇ ਕਿੰਨੇ ਵਜੇ ਛੱਡ ਕੇ ਜਾਂਦੇ ਕੀ ਨਿਆਣਿਆਂ ਨੇ ਨਾ ਖੇਡਦੇ ਵਿਚਾਰੇ ਮਗਰ ਨੂੰ ਟਿਊਸ਼ਨ ਪੜ੍ਹਨ ਲੱਗ ਜਾਂਦੇ ਹਨਾ ਅੱਗੇ ਨਿਆਣੇ ਕਹਿੰਦੇ ਸਕੂਲ ਆਉਣਾ ਆਪਦਾ ਕੰਮ ਕਰ ਲੈਣਾ ਲੱਗ ਜਾਣਾ ਸਾਰਾ ਮੈਂ ਬਦਲ ਗਿਆ ਆਹ ਖੱਟੇ ਰੰਗ ਦੀਆਂ ਬੱਸਾਂ ਟਾਈਮ ਨਾਲ ਆਉਂਦੀਆਂ 7-8 ਆਪਣੇ ਪਿੰਡ ਆਉਂਦੀਆਂ ਆਪਣੇ ਕਿੰਨੇ ਘਰ ਇੱਥੇ ਲੱਗ ਗਏ ਕਿਤੇ ਜੰਮਦੇ ਨਿਆਣੇ ਸਕੂਲੇ ਚਲੇ ਜਾਂਦੇ ਆਹੋ ਤੇ ਇਦਾਂ ਹੀ 3 ਸਾਲਾਂ ਦਾ ਬੱਚਾ ਹੋਇਆ ਤਾਂ ਸਕੂਲੇ ਨਾਲ ਹੀ ਬੋਲਣਾ ਹਲੇ ਆਉਂਦਾ ਨਹੀਂ ਹਾਂ ਅੱਗੇ 7 ਸਾਲਾਂ ਦਾ ਬੱਚਾ ਸਰਕਾਰੀ ਸਕੂਲੇ ਲੈਂਦੇ ਹੁੰਦੇ ਹਾਂ ਮਾਤਾ ਪੌਣਾ ਪੱਠੇ ਰੁਕ ਜਾ ਆ ਗਿਆ ਰੋਟੀ ਨਹੀਂ ਖੜਨੀ ਖੜਨੀ ਰੋਟੀ ਮਸ਼ੀਨ ਲੱਗੀ ਚੱਲਿਆ ਬਸ ਆ ਪੱਠੇ ਪਾ ਕੇ ਪੱਠੇ ਪਾ ਦੇ ਉਹਦੇ ਨਾਲ ਤਾਂ ਰੋਟੀ ਖਾਣੀ ਪਕਾ ਵੀ ਲਈ ਹੈ ਚੱਲਿਆ ਬਸ ਮੈਂ